हाँ जी हाँ जी, वेलकम बैक, स्वागत है तुहाडा इहदे न्यू ब्लॉग विच। उम्मीद करदा तुसीं सारे वधिया होवोगे ते वाहिगुरू दी कृपा नाल आपां वी सारे ठीक हाँ। ते मॉर्निंग टाइम हो गया 10:45। की हाल उस्ताद? वधिया, ठीक ठाक। की बंदा रोटी खाई जांदे? लो जी, आपां तां प्रशादा पानी छक लिया रहणी, बस कोई काम नहीं बणिया, कोई किसे पासे कोई प्लान नहीं। ते अज नवे दिन दी शुरुआत आ ते नवा ब्लॉग शुरू। ते किवें हो? की प्रोग्राम है जी? शहर जाना, कपड़े फड़ के लिआउणे। लो जी, अज उस्ताद दे फिर जिहड़े उस दिन आपां कपड़े स्टिच करने दित्ते सी ते अज टाइम आ गया जाना। वैसे कल सी ते कल स्टिच नहीं होए, कल फोन आया भी कल आयो, इदां ही सी। हां जी, शाम नूं कहिंदे सी आयो पर लेट सी हो गया। कल शाम नूं कहिंदे सी पर कल शाम नूं ज्यादा लेट हो गए ते जाया नहीं गया। ते हुण 10 वज गए, बच्चे स्कूल गए ते मैं कहा चलो अज फिर चलदे, हुण जाणा ही पैणा। हां जी, अज हुण जाणा ही पैणा, उस्ताद दा इह वी कम्म। ਤੇ ਇੱਕ ਜਣਾ ਆਪਾਂ ਸ਼ਹੀਦਗੰਜ ਗੁਰਦੁਆਰਾ ਸਾਹਿਬ ਤੇ ਅੱਜ ਪੂਰਨਮਾਸੀ ਆ ਤੇ ਉੱਥੇ ਮੈਂ ਕਿਹਾ ਚਲੋ ਮੱਥਾ ਟੇਕ ਲੈਂਦੇ ਹਾਂ। ਠੀਕ ਹੈ ਨਾ ਉਸਤਾਦ? ਹਾਂਜੀ, ਆ ਜਾਓ ਫਿਰ ਬਣੇ ਰਹੋ ਵੀਡੀਓ ਦੇ ਨਾਲ, ਦੇਖਦੇ ਹਾਂ ਅੱਜ ਕਿਆ ਕਿਆ ਬਣਦਾ, ਕੀ ਕੀ ਕਰਦੇ ਹਾਂ। ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਹਾਂਜੀ ਉਸਤਾਦ, ਕਿਵੇਂ ਹੋ? ਹੋ ਗਏ ਰੈਡੀ? ਹਾਂਜੀ, ਚੱਲ ਗਏ, ਲੇਟ ਹੀ ਹੋ ਗਏ ਆਪਾਂ। ਹਾਂਜੀ, ਟਾਈਮ 11:30 ਹੀ ਹੋ ਗਏ ਤੇ ਹੁਣ ਆਪਾਂ ਚੱਲ ਗਏ। ਹਾਂਜੀ, ਕਿਵੇਂ ਹੋ? ਠੀਕ, ਵਧੀਆ। ਚਲੋ ਜੀ, ਅਸੀਂ ਰੈਡੀ ਪੂਰੇ ਤੇ ਹੁਣ ਆਪਾਂ ਨਿਕਲਦੇ ਹਾਂ ਤੇ ਮਿਲਦੇ ਹਾਂ ਤੁਹਾਨੂੰ ਸਿੱਧਾ ਜਾ ਕੇ ਗੁਰਦੁਆਰਾ ਸਾਹਿਬ। ਲਓ ਜੀ, ਪਹੁੰਚ ਕੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ। ਅਸੀਂ ਕਿਹਾ ਚਲੋ ਪਹਿਲਾਂ ਮੱਥਾ ਟੇਕ ਲਈਏ ਤੇ ਬਾਅਦ 'ਚੋਂ ਚੱਲਦੇ ਹਾਂ ਜੀਰੇ। ਪੰਜ ਇਸ਼ਨਾਨਾਂ ਹੀ ਕਰਨੀਆਂ? ਹਾਂਜੀ, ਕਰੀਏ ਪੰਜ ਇਸ਼ਨਾਨ। ਲਓ ਜੀ, ਕਰ ਲਈਏ ਦਰਸ਼ਨ, ਫਿਰ ਮਿਲਦੇ ਹਾਂ। ਇਹ ਚਾਂਦਨੀ ਚੌਕ ਦੇ ਵਿੱਚ ਸਿੱਖਾਂ ਦੇ ਗੁਰੂ, ਕਾਫਰਾਂ ਦੇ ਗੁਰੂ ਨੂੰ ਸ਼ਹੀਦ ਕੀਤਾ ਜਾਵੇਗਾ। ਉਹਨਾਂ ਨੇ ਔਰੰਗਜ਼ੇਬ ਦੇ ਹੁਕਮ ਦੀ ਤਹਿਨ ਕੀਤੀ ਆ, ਕਿਵੇਂ ਢੰਡੋਰਾ ਪਿੱਟਿਆ ਗਿਆ, ਕਿਵੇਂ ਦਿੱਲੀ ਦੇ ਵਿੱਚ ਲੋਕ ਇਹ ਤਮਾਸ਼ਬੀਨ ਵਾਕੇ ਬਣ ਕੇ ਤਮਾਸ਼ਾ ਵੇਖਣ ਆਏ। ਨੌਵੇਂ ਪਾਤਸ਼ਾਹ ਨੂੰ ਕਿਵੇਂ ਪੁੱਛਿਆ ਗਿਆ ਆਖਰੀ ਇੱਛਾ, ਮਹਾਰਾਜ ਨੇ ਆਖਰੀ ਇੱਛਾ ਇਸ਼ਨਾਨ ਕਰਨ ਦੀ ਪ੍ਰਗਟਾਈ। ਫਿਰ ਅੱਜ ਵੀ ਖੂਹੀ ਮੌਜੂਦ ਆ ਦਿੱਲੀ ਦੇ ਵਿੱਚ ਜਿੱਥੋਂ ਮਹਾਰਾਜ ਨੇ ਇਸ਼ਨਾਨ ਕੀਤਾ। ਕਿਵੇਂ ਮਹਾਰਾਜ ਆ ਕੇ ਚਾਂਦਨੀ ਚੌਂਕ ਦੇ ਥੜੇ ਤੇ ਚੌਂਕੜਾ ਮਾਰ ਕੇ ਬੈਠੇ, ਕਿਵੇਂ ਉਹ ਰੱਬ ਦੀ ਬਾਣੀ ਪੜ੍ਹਨ ਲੱਗੇ, ਕਿਵੇਂ ਜਲਾਲੂਦੀਨ ਜਲਾਲ ਸਮਾਨੇ ਦੇ ਰਹਿਣ ਵਾਲਾ ਕਬੂਲ ਲੈ ਰੰਗ ਮਾਣ ਲੈ ਜਵਾਨੀ ਦਿਨ ਚਾਰ, ਅੱਗੋਂ ਬੋਲੇ ਨਾ ਵੇ ਗੁਰ ਸੱਚੇ ਪਾਤਸ਼ਾਹ, ਜੋ ਵੀ ਕਰਨਾ ਛਕਣਾ। ਹਾਂ ਚਲੋ ਜੀ, ਉਸਤਾਦ ਕਹਿੰਦਾ ਚਾਹ ਛਕ ਲਈਏ ਕਿਉਂਕਿ ਪ੍ਰਸ਼ਾਦਾ ਛੱਕ ਕੇ ਹੀ ਆਏ ਹਾਂ, ਹਾਲੇ ਤਾਂ 12 ਵਜੇ ਆ। ਹੁਣ ਅਸੀਂ ਚਾਹ ਛਕ ਲਈਏ ਅਤੇ ਫਿਰ ਇੱਥੋਂ ਚੱਲਦੇ ਹਾਂ। ਹੋਰ ਜੀ, ਚਲੋ ਚਾਹ ਛਕ ਲਈਏ। ਟਾਈਮ ਹੋ ਗਿਆ 2:30 ਵੱਜ ਗਏ ਅਤੇ ਗੁਰੂ ਘਰ ਵੀ ਜਾ ਆਏ ਅਤੇ ਉਸਤਾਦ ਜੀ ਦਾ ਵੀ ਕੰਮ ਕਰਤਾ ਬੁਟੀਕ ਤੋਂ। ਹਾਂਜੀ ਉਸਤਾਦ ਜੀ, ਹਾਂਜੀ, ਕੀ ਬਣਦਾ ਹੁਣ? ਚਾਹ ਪਿਆ ਦਿਓ ਘੱਟ, ਚਾਹ ਬਣੀ ਜੀ। ਚਲੋ ਜੀ, ਚਾਹ ਬਣਦੀ ਆ, ਹੁਣ ਪੀ ਕੇ ਜਾਣਾ ਆਪਾਂ ਸਿੱਧਾ ਖੇਤ ਅਤੇ ਖਾਦ ਆਪਾਂ ਨੂੰ ਮਿਲ ਗਈ ਸ਼ਹਿਰੋਂ ਲਿਆਂਦੀ ਅੱਜ, ਅਤੇ ਹੁਣ ਆਪਾਂ ਉਹ ਆਈ ਜਾਂਦਾ ਰੇਹੜੀ ਅਤੇ ਖਾਦ ਲੈ ਕੇ ਅਤੇ ਆਪਾਂ ਹੁਣ ਚੱਲਦੇ ਹਾਂ ਚਾਹ ਪੀ ਕੇ ਸਿੱਧਾ ਖੇਤ ਅਤੇ ਖਾਦ ਪਾਉਂਦੇ ਹਾਂ ਕਣਕ ਨੂੰ। ਖਾਦ ਵਾਲੇ ਨੂੰ ਆਪਾਂ ਰੇਹੜੀ ਵਾਲੇ ਨੂੰ ਸਿੱਧਾ ਹੀ ਕਹਿਤਾ ਵੀ ਘਰੇ ਨਾ ਲਿਆਈ, ਸਿੱਧਾ ਲੈ ਚੱਲ ਖੇਤ, ਉੱਥੋਂ ਹੀ ਲਾਵਾਂਗੇ ਅਤੇ ਉੱਥੇ ਹੀ ਖਿਲਾਰ ਦੇਵਾਂਗੇ। ਕਿਉਂ ਪਹਿਲਾਂ ਘਰੇ ਲਾਊਗਾ ਵਿਚਾਰਾ, ਫਿਰ ਉੱਥੇ ਜਾ ਕੇ ਇੱਥੋਂ ਫਿਰ ਲੱਦ ਕੇ ਲੈ ਕੇ ਜਾਵਾਂਗੇ। ਮੈਂ ਕਿਹਾ ਤੂੰ ਸਿੱਧਾ ਉੱਥੇ ਹੀ ਲੈ ਚੱਲ ਖੇਤ ਹੀ, ਅਤੇ ਹੁਣ ਬਸ ਆ ਗਿਆ ਨੇੜੇ ਹੀ ਪਿੰਡ, ਅਤੇ ਹੁਣ ਆਪਾਂ ਚੱਲਦੇ ਹਾਂ। ਅੱਜ ਕੰਮ ਬਹੁਤ ਕੀਤੇ, ਅੱਜ ਵਲੋਗ ਥੋੜ੍ਹਾ ਹੀ ਬਣਾਇਆ ਬਾਹਰ, ਕੰਮ ਬਹੁਤ ਸੀ। ਪਹਿਲਾਂ ਗਏ ਉੱਥੇ, ਫਿਰ ਉੱਥੇ, ਫਿਰ ਉੱਥੇ, ਉੱਥੇ ਬਹੁਤ ਆ,
ਮੈਂ ਕਹਾਂ ਹੁਣ ਸਿੱਧਾ ਘਰੇ ਜਾ ਕੇ ਕੰਟੀਨਿਊ ਕਰਾਂਗੇ, ਚਾਹ ਪੀ ਲਈਏ। ਅੱਛਾ ਉਸਤਾਦ, ਹਾਂਜੀ ਬਹੁਤ ਜ਼ਿਆਦਾ ਲੈ ਵੀ, ਹੁਣ ਤਾਂ ਬਾਗੋ ਬਾਗ ਹੋ ਗਈ, ਕਿਉਂਕਿ ਹੁਣ ਮਿਲ ਗਿਆ ਸੂਟ ਅਤੇ ਇੱਕ ਦੋ ਹੋਰ ਵੀ ਦੇ ਆਈ ਜਿਹੜੇ ਨਵੇਂ ਹਜੇ ਕੱਲ੍ਹ ਪਰਸੋਂ ਆਏ ਸੀ, ਉਹ ਵੀ ਨਾਲ ਹੀ ਜਦੇ ਉੱਤੇ ਹੀ ਦੇ ਆਈ। ਹੈਂ ਕੰਮ ਨਿਬੇੜਤਾ ਫਿਰ ਨਾਲ ਹੀ, ਕੰਮ ਨਾਲ ਦੀ ਨਾਲ ਕਹਿੰਦੇ ਨਿਬੜ ਜੇ ਬਸ। ਪਾਉਣ ਵਾਲੇ ਬਣੀਏ, ਉਹ ਵੀ ਸੰਤੇ ਜਨ ਪਾਉਣ ਵਾਲੇ ਬਣੀਏ, ਤਿਆਰੀਆਂ ਪੂਰੀਆਂ, ਵਿਆਹ ਦੀਆਂ ਬਈ ਫੁੱਲ ਤਿਆਰੀਆਂ। ਉਹਨਾਂ ਚਿਰ ਸਾਹ ਨਹੀਂ ਆਇਆ, ਉੱਥੇ ਵੀ ਬਈ ਭੀੜ ਲੱਗੀ ਪਈ ਸੀ, ਕਮਾਲ ਹੋਈ ਪਈ ਆ, ਸਾਰੀਆਂ ਜਨਾਨੀਆਂ ਇਸੇ ਕੰਮ 'ਤੇ ਲੱਗੀਆਂ, ਬਸ ਲਾਇਓ ਬਣਾ ਲਓ ਸਿਉਂ ਲਓ ਪਾ ਲਓ, ਹੈ ਨਾ। ਇੱਕ ਉੱਥੇ ਬਜ਼ੁਰਗ ਬੈਠੀ ਸੀ ਅਤੇ ਉਹ ਕਿਤੇ ਪਤਾ ਨਹੀਂ ਨਹੁੰ ਦਾ ਲੈਣ ਆਈ ਸੀ, ਅਤੇ ਪਤਾ ਨਹੀਂ ਧੀ ਦਾ ਮੈਨੂੰ ਨਹੀਂ ਪਤਾ, ਅਤੇ ਉਹ ਕਰੀ ਜਾਵੇ, ਉਹਨੇ ਜਾਣ ਕੇ ਮਾਤਾ ਨੇ ਝੂਠ ਮਾਰਤਾ ਫੋਨ 'ਤੇ, ਕਹਿੰਦੀ ਵੀ ਉਹ ਤਾਂ ਸਟੈਚ ਹੀ ਨਹੀਂ ਹੋਏ ਤੇਰੇ, ਇੱਕ ਹੀ ਹੋਇਆ, ਉਹ ਅੱਗੋਂ ਰੌਲਾ ਪਾਉਣ ਲੱਗ ਪਈ, ਹਾਏ ਇੱਕ ਹੀ ਹੋਇਆ, ਹਾਏ ਮੈਂ ਕੱਲ੍ਹ ਨੂੰ ਕੀ ਪਾਊਂਗੀ ਵਿਆਹ 'ਤੇ, ਮੈਂ ਬਰਾਤ 'ਤੇ ਕੀ ਪਾਊਂ, ਮੈਂ ਜਾਗੋ 'ਤੇ ਕੀ ਪਾਊਂ, ਐਂ ਰੌਲਾ ਪਾਉਣ ਲੱਗ ਪਈ। ਕਹਿੰਦੀ ਅਤੇ ਬੁੜੀ ਉੱਥੇ ਹੱਸੇ, ਬਜ਼ੁਰਗ ਸੀ ਅਤੇ ਬਹੁਤ ਹੱਸੀ, ਮੈਨੂੰ ਬਹੁਤ ਹੱਸਿਆ, ਮੈਂ ਕਮਾਲ ਆ ਨਾ, ਮਿੰਟ 'ਚ ਹੱਥਾਂ ਪੈਰਾਂ 'ਚ ਆ ਜਾਂਦੀਆਂ ਸਾਰੀਆਂ, ਵੀ ਐਂ ਅਤੇ ਜਾਓ ਇੱਥੇ ਅੱਜ ਹੋਰ ਪਾਉਣਾ ਭਲਕ, ਹਾਂ ਵਿਖਾਉਣਾ ਨਹੀਂ ਦੁਬਾਰਾ, ਸੂਟਾਂ ਦੀਆਂ ਪੱਟੀਆਂ ਪਈਆਂ, ਦੁਬਾਰਾ ਉਹ ਪਾਉਣਾ ਨਹੀਂ, ਰਿਪੀਟ ਤਾਂ ਕਰਨਾ ਹੀ ਨਹੀਂ, ਹੈ ਨਾ। ਸਹੀ ਗੱਲ ਹੈ, ਦੁਬਾਰਾ ਨਹੀਂ ਪਾਉਣਾ, ਦੁਬਾਰਾ ਰਿਪੀਟ ਨਹੀਂ ਕਰਦੀ, ਕਿਤੇ ਕੋਈ ਵੇਖ ਨਾ ਲਵੇ, ਇਹ ਕਾਹਤੋਂ ਹੁੰਦਾ ਹੈ, ਕੀ ਪਤਾ ਕੀ ਬਿਮਾਰੀ, ਕੀ ਚੱਕਰ ਹੈ, ਚਲੋ ਜੀ ਹੁਣ ਜ਼ਿਆਦਾ ਗੱਲਾਂ ਨਾ ਕਰੀਏ, ਕੰਮ ਕਰੀਏ, ਚਲੋ ਸਿੱਧਾ ਮਿਲਦੇ ਹਾਂ ਖੇਤ। ਲਓ ਜੀ ਵਰਦੀ ਹੋ ਗਈ ਚੇਂਜ, ਚੰਗਾ ਵੀ ਉਸਤਾਦ, ਇਹ ਨਿਕਲਦੇ ਹਾਂ ਹੁਣ, ਜਾਮਾ ਪੂਰਾ ਆ ਜਾਂਦੀ ਰੇਹੜੀ ਆਪਣੀ, ਲੱਦ ਕੇ ਲਈ ਜਾਂਦਾ ਬਾਈ, ਮੈਂ ਕਿਹਾ ਚੱਲ ਸਿੱਧਾ ਖੇਤ ਆ, ਲਓ ਜੀ ਸਾਰੀ ਰੇਹ ਲਾਉਣੀ ਪਈ ਆ ਰਾਹ 'ਤੇ, ਅਤੇ ਹੁਣ ਇੱਧਰੋਂ ਦੂਰ ਤੱਕ ਲਿਜਾਣੀ ਪੈਣੀ ਸਿਰ 'ਤੇ। ਚਲੋ ਇੱਕ ਗੇੜਾ ਲਾ ਆਇਆ, ਬੰਦਾ ਸਾਡਾ ਚਕਾਈ ਜਾਂਦਾ, ਘੁੰਮਣੋ ਲਾਈ ਬੈਠਾ ਤਾਂ ਗਾ, ਚਕਾ ਕਰੇ ਵਾਲੀ ਵਾਲਿਆ, ਕਿਹੜੀਆਂ ਰਹਿ ਗਈਆਂ ਬੋਰੀਆਂ, ਕਿਵੇਂ ਚੱਕਣੀ, ਮੈਂ ਨਹੀਂ ਚੱਕਣੀ, ਚੱਕ ਪਾ ਸਿਰ 'ਤੇ, ਮੈਂ ਨਹੀਂ ਪਤਾ ਤੈਨੂੰ ਚੱਕਣੀ ਪੈਣੀ, ਤੇਰੇ ਸਿਰ 'ਤੇ ਚੁਕਾਉਣੀ ਮੈਂ, ਆ ਚੱਕਦਾ ਨਹੀਂ ਯਾਰ, ਸਾਡਾ ਭਰਾ ਕਿੱਡਾ ਵੱਡਾ, ਚੱਕ ਵੱਡਾ ਭਰਾਵਾ, ਚੱਕੇਗਾ ਕਿ ਨਹੀਂ, ਚੱਲ ਮੈਨੂੰ ਚੱਕਣੀ ਪੈਣੀ ਜੀ, ਆਹ ਰਹਿ ਗਿਆ ਆਪਣਾ 3 ਕਿੱਲੇ ਪਾਉਣ ਵਾਲੇ, ਉੱਧਰ ਉਹ ਸਾਰੇ ਟਾਵਰ ਟੂਵਰ ਵਾਲੀ ਕਰਿਆਂ ਦਾ ਕੰਪਲੀਟ, ਇੱਧਰ ਹੁਣ ਰਾਹ 'ਤੇ ਚੱਲਦੇ ਹਾਂ, ਪੰਮਣ ਸੁਣਾਉਂਦਾ ਇਹਨਾਂ ਗੱਲਾਂ, ਚੱਲ ਚੱਲ ਪੰਮਣਾ, ਚੱਲ 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 ਹੁਣ ਸੁਣਾ, ਹੁਣ ਸੁਣਾ ਸੁਣਾ ਬਈ ਗਾਣਾ ਸੁਣਾ, ਪੰਮਿਆ ਫੇਰ ਮਾਂ ਦੇ ਹਾਏ, ਵੱਜੂ ਸਦਾ ਬਣਾਲੇ ਗੇੜਾ, ਪੰਮਿਆ ਫੇਰ ਮਾਂ ਦੇ ਹਾਏ, ਪੰਮਿਆ ਫੇਰ ਮਾਂ ਦੇ, ਵੱਜੂ ਸਦਾ ਬਣਾਲੇ ਗੇੜਾ, ਪੰਮਿਆ ਘਰਿਆਲੇ ਵਾਲਿਆ ਫੇਰ ਮਾਂ ਦੇ, ਐ ਕਰਦਾ ਏ ਕਿਉਂ, ਲਹਿਰਾ ਲਾਈ ਬੈਠਾ 2 ਘੰਟੇ ਹੋ ਗਏ ਹੌਲੀ, ਕੁੰਜੀ ਲੈ ਗਿਆ ਸਰੈਣਾ ਟੁੱਟ ਪੈਣਾ, ਤੇ ਜਿੰਦਰਾ ਜੰਗਾਲ ਖਾ ਗਿਆ, ਬੱਗਾ ਵੈੜਕਾ ਖਰਾ ਸੇ ਜਾਣਾ, ਤੇ ਬਣ ਤੋਂ ਲਿਆ ਦੇ ਘੁੰਗਰੂ, ਤੇਰੀ ਬੱਗਾ ਵੈੜਕਾ ਖਰਾ ਸੇ ਜਾਣਾ, ਤੇ ਬਣ ਤੋਂ ਲਿਆ ਦੇ ਘੁੰਗਰੂ, ਫਿਰ ਆਪਾਂ ਨਾ ਬਹਿ ਕੇ ਉੱਥੇ ਫਿਰ ਸੁਣਦੇ ਹਾਂ, ਤੇ ਹੁਣ ਰੇਹ ਪਾ ਲਈਏ ਜਿਹੜੇ 4 ਗੱਟੇ ਵੇਖੋ, ਲਓ ਜੀ ਕੰਮ ਸਾਰਾ ਹੋ ਗਿਆ ਡਨ, ਅਤੇ ਨਾਲ ਅਮਰੂਦ ਵੀ ਲਿਆਂਦੇ, ਚੱਲ ਚੱਲ ਪਾਉਣਾ, ਓਕੇ ਆ ਕੰਮ ਆਪਣਾ, ਸੂਰਜ ਗਿਆ ਡੁੱਬ ਹੁਣ, ਓਕੇ ਆ ਕੰਮ, ਕਣਕ ਪੂਰੀ ਲਛੂ ਲਛੂ ਕਰਦੀ ਆ, ਚੱਲ ਚੱਲ ਗਏ।
चलो जी फिर मिलते हैं थोड़ा घरे जाके पम्मे कि नहीं है पमना ओके काम पम्मे ने भी साड़ी हेल्प पूरी कराई अज राह तक लेके गया गट्टियां नूं है पूरी मदद कराई है पमना चल भाई पम्मे ने पूरे आसे खेडे लवाए साढ़े है पमना पूरे आसे खेडे कराए हैं पूरे गाने सुनाए गल्लां बातां सुनाईयां ते बोरियां खोलदा रहा चलूंगे भरौंदा रहा ते तां छेती होई नी घंटा होर लग जाणा पमना हैना कि नहीं अजे लग गया ना टाइम अजे होर ना पमन करके काम छेती निबड़ गया कहिंदे सी कणक माड़ी कणक आ कणक दस माड़ी भाई चोटी दी कणक आ ये कैमरे च घट दिंदी आ हूं कणक बाली वधिया चलो जी मिलते हैं हम सीधा घरे जाके ठीक है पम्मा हाँ जी हाँ जी आप नहा धो के हो गया पूरे रेडी काम हो गया स्टार्ट कंप्लीट अपना केरा रे वाला काम दिता नवीन हम तो थोड़ा टाइम ही होंगे ना बंदा मिनट च वेला हो जाता है ना हम तो काम हो जानी मशीनी युग असं गए कि बजे ढाई बजे ढाई बजे गए साढ़े पांच घरे आ गए छे बज गए तो हम नहा धो के आप रेडी है इधर प्रशादा पानी बन रहा चलो जी हम रोटी खाने तो फिर थोनों मिलते हैं खुश किवें हो तू की करी जाना ये की करी जाना ये की आ लै बदाम कद च पाने कुट के की करनी है दही च पाना हाँ इधर तो बहुत कर आ की लाया बिंदी चलो जब मूलियां कट दी फिर घटो घट भी एक दो नी हां नौ दस व्याह लगातार चले नौ दस है ना घटो घट भी पंद्रह दिन रेडुआ चलिया होगा घटो घट भी पंद्रह दिन अपने रेडुआ चलिया ना पिंड च भाई मैं कहना रात नूं 10 बजे हटदे सी सुबह बस गुरुद्वारे पाठ बाद चो बंद हुंदा स्पीकर ते जदे ही उन्हां दा स्पीकर चल पैंदा मैं कहना गाने ना सुन सुन के पागल कीता पिया आ नेड़े पहला इधर फिर पहला इधर शुरू शुरू होया अपने इधर गवांढ ना फिर इधर न बहुत ज्यादा रात भी थोड़ी रात थोड़े थोड़े चलते सी कितें दूर ते अज इस टाइम कोई खड़का दड़का नहीं मैं कहना एन मंगलम मंगलम होया पिया है शांति शांति हो पी है वैसे हो भी रात का थोड़ा जहा औखा लगता दिन तो चल रौनक जी लगी रही है तो पर अज शांति किन्नी लग रही है ना अज सुकून आ पूरा तो सुकून के नाल नाल दिन हो गए बहुत ज्यादा छोटे तो अज सारा दिन बस इधर भाजा उधर भाजा घर ही सानू 10-11 बज गए तो अज कोई शूट नहीं किया बस जल्दी जल्दी गए हाँ तो जल्दी जल्दी आ गए अज तो फिर साली को भी नहीं गए अज तो सीधा ही बुटीक तो ही सीधा घर आ गए आप छेती सी क्योंकि जो जाते फिर उत्थे चाह पानी तैनू पता ही है भी टाइम लग जाना सी घंटा एवें लग जाता तो अज असी फिर छेती छेती आ गए क्योंकि पहला गुरुद्वारा साहब गए उस तो बाद उत्थे गए उत्थे गए उत्थे गए खुश है की करी जाना बारह तरीक नूं पेपर दी पूरियां तैयारियां ठीक है तेरे स्कूल दा माहौल किवें बच्चे सारे वधिया पढ़दे आ नलायक बच्चे रख दे ਪਰ ਜਿਹੜੇ ਉੱਤੇ ਬਾਹਲੇ ਚਾਰ ਫੇਲ ਹੁੰਦੇ ਆ ਸਾਡੀ ਕਲਾਸ ਦਾ ਮੁੰਡਾ ਤਿੰਨ ਕਲਾਸਾਂ 'ਚ ਫੇਲ ਹੋ ਚੁੱਕਿਆ ਪਰ ਹੁਣ ਚੌਥੀ ਵਾਰ ਸਾਡੀ ਕਲਾਸ 'ਚ ਰਾਉਂਡ ਲਾਈ ਜਾਂਦਾ ਅੱਛਾ ਉਸੇ ਕਲਾਸ 'ਚ ਘੁੰਮੀ ਜਾਂਦਾ ਹਾਂਜੀ ਹੁਣ ਵੀ ਨਹੀਂ ਪੜਦਾ ਹੁਣ ਵੀ ਮੈਮ ਤਾਂ ਇਹਦੇ ਫੇਲ ਹੀ ਹੋ ਜਾਂਦਾ ਅੱਛਾ
लो जी खुश साडा करी जांदा बनाई जांदा वालां दे डिजाइन ते अज वाली वीडियो तुहानू किद्दां दी लगी लाइक शेयर कमेंट जरूर करो। आप लोग दंड इतने करते हैं, मिलते हैं किसी अगली वीडियो।